ਸੀਗਾ ਕੋਈ ਵਧੀਆ ਜਿਹਾ ਮੋਬਾਈਲ ਦਿਖਾਓ ਜੀ ਸਾਨੂੰ ਐਪਲ ਦਾ ਲੈ ਲਓ ਐਪਲ ਦਾ ਨਵਾਂ ਮਿਲ ਜੇਗਾ ਜੀ ਐਪਲ ਦਾ ਆਈਫੋਨ 12 ਪ੍ਰੋ ਮਿਲ ਜੇਗਾ ਤੇ 1,19,000 ਰੁਪਏ ਰੇਂਜ ਦਾ ਹੈਗਾ ਜੀ ਇਹ ਵਾਲਾ ਮੈਂ ਤੈਨੂੰ ਇਸ ਤਰ੍ਹਾਂ ਕਰੂੰ ਕਮੇਟੀ ਪਾਈ ਹੋਈ ਆ ਕਮੇਟੀ ਚੱਕ ਕੇ ਬਾਅਦ ਚ ਲੈ ਲਓ ਹਾਲੇ ਕੰਮ ਚਲਾਓ ਜਾਂ ਫੋਨ ਲੈ ਲੈਂਦੇ ਆਪਾਂ ਤੁਸੀਂ ਭਾਈ ਸਾਹਿਬ ਇੱਦਾਂ ਕਰੋ ਜੀ 10-15,000 ਵਾਲਾ ਕੋਈ ਵਧੀਆ ਜਿਹਾ ਫੋਨ ਲੈ ਲਓ ਬਸ ਕੈਮਰਾ ਕੁਆਲਿਟੀ ਹੋਵੇ ਨਾਲੇ ਲੇਡੀਜ਼ ਨੇ ਤਾਂ ਸੈਲਫੀਆਂ ਲੈਣੀ ਹੁੰਦੀਆਂ ਨੇ ਹਾਂਜੀ 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 ਕੋਈ ਨਹੀਂ ਜੀ ਮੈਂ ਤੁਹਾਨੂੰ ਉਸ ਰੇਂਜ ਦਾ ਦਿਖਾ ਦਿੰਦਾ ਜੀ ਕੈਮਰਾ ਕੁਆਲਿਟੀ ਵਧੀਆ ਹੈ ਇਹਦੀ 10,000 ਰੁਪਏ ਰੇਂਜ ਚ ਸਭ ਤੋਂ ਬੈਸਟ ਫੋਨ ਹੈਗਾ ਜੀ ਇਹ ਵਾਲਾ ਵਾਹ ਵੈਰੀ ਨਾਈਸ ਆ ਤੁਸੀਂ ਇੱਦਾਂ ਕਰੋ ਜੀ ਪੈਕ ਕਰੋ ਸਿਮ ਵੀ ਅਸੀਂ ਘਰੇ ਜਾ ਕੇ ਪਾ ਲੈਣਾ ਤੈਨੂੰ ਕਿਹਾ ਨਾ ਨੈਕਸਟ ਮੰਥ ਲੈ ਦੋ ਕਮੇਟੀ ਪਾਈ ਹੋਈ ਹੈ ਚੱਕ ਲੈਣੀ ਆਪਾਂ ਹਾਲੇ ਕੰਮ ਚਲਾਓ ਤੂੰ ਕਰ ਰਹੇ ਲੈ ਆਪਾਂ ਆਈਫੋਨ ਵੀ ਲੈ ਲਾਂਗੇ ਕਿਉਂ ਪਰਵਾਹ ਕਰਦੀ ਹੈ ਤੂੰ ਆ ਠੀਕ ਹੈ ਭਾਈ ਸਾਹਿਬ ਤੁਸੀਂ ਆਪ ਪੈਕ ਲੋ ਜੀ ਇਹਦਾ ਬਿੱਲ ਕੱਟੋ ਜੀ ਆ ਲੋ ਆਪਾਂ ਕਢੋ ਇਹਦਾ ਆ ਡਨ ਹੋ ਗਿਆ ਕਿਉਂ ਐਵੇਂ ਮੂੰਹ ਜਿਹਾ ਹੱਸਿਆ ਰਿਹਾ ਤੈਨੂੰ ਕਹਿਤਾ ਲੈ ਦੂੰਗਾ ਲੋਕੀ ਨਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਮੈਂ ਤਾਂ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਅੱਕੀ ਪਈ ਆ ਲੋਕੀ ਗੱਲਾਂ ਤਾਂ ਕਰਦੇ ਨੇ ਜੇ ਤੂੰ ਗੱਲਾਂ ਸੁਣਦੀ ਆ ਨਾ ਮੈਨੂੰ ਇਹ ਦੱਸ ਤੈਨੂੰ ਘਰ 'ਚ ਕੀ ਪ੍ਰੋਬਲਮ ਹੈ ਤੈਨੂੰ ਪਹਿਨਣ ਨੂੰ ਕੱਪੜਾ ਨਹੀਂ ਮਿਲਦਾ ਜਾਂ ਖਾਣ ਨੂੰ ਰੋਟੀ ਨਹੀਂ ਮਿਲਦੀ ਲੇਡੀਜ਼ ਨੂੰ ਖਾਣ ਨੂੰ ਰੋਟੀ ਜਾਂ ਪਹਿਨਣ ਨੂੰ ਕੱਪੜਾ ਨਹੀਂ ਚਾਹੀਦਾ ਉਹਨੂੰ ਪਿਆਰ ਤੇ ਸਤਿਕਾਰ ਵੀ ਚਾਹੀਦਾ ਜਿਹੜਾ ਮੈਨੂੰ ਇਸ ਘਰ 'ਚੋਂ ਨਹੀਂ ਮਿਲਦਾ ਪਿਆਰ ਤੇ ਸਤਿਕਾਰ ਨਹੀਂ ਮਿਲਦਾ ਇਸ ਘਰ 'ਚ ਜਿੱਥੇ ਮਿਲਦਾ ਫਿਰ ਉੱਥੇ ਦਫਾ ਹੋ ਇੱਥੇ ਕੀ ਕਰਦੀਆਂ ਜੇ ਦਫਾ ਵੱਜ ਜਾਂਦਾ ਮੈਨੂੰ ਲੋਕਾਂ ਨੇ ਬਹੁਤ ਕਿਹਾ ਕਿ ਤੇਰਾ ਜੀਜਾ ਤੇਰੀ ਭੈਣ ਨੂੰ ਕੁੱਟਦਾ ਮਾਰਦਾ ਪਰ ਮੈਂ ਲੋਕਾਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਪਰ ਅੱਜ ਮੈਂ ਆਪਣੇ ਅੱਖੀਂ ਦੇਖ ਲਿਆ ਮੇਰੀ ਭੈਣ ਨੂੰ ਧੱਕੇ ਮਾਰਦਾ ਹੋਵੇ ਕਿਸੇ ਗੈਰ ਕਰਕੇ ਥੂ ਹਾਂ ਮਾਰਿਆ ਧੱਕਾ ਇਹਨੂੰ ਕਰ ਲੈ ਜਿਹੜਾ ਕੋ ਤੂੰ ਕਰਨਾ ਭੰਨ ਦੇ ਜਿਹੜੀ ਮੇਰੀ ਲੱਤ ਭੰਨਣੀ ਆ ਲੈ ਜਾਣਾ ਆਪਣੇ ਘਰੇ ਤੈਨੂੰ ਕੀ ਲੱਗਦਾ ਜੀਜਾ ਵੀ ਇਹਨਾਂ ਕੋ ਦੇਖਣ ਤੋਂ ਬਾਅਦ ਅਸੀਂ ਇਹਨੂੰ ਇੱਥੇ ਰਹਿਣ ਦੇਵਾਂਗੇ ਇਹ ਨਹੀਂ ਹੁਣ ਆਉਂਦੀ ਹੁਣ ਸੰਭਣ ਆਉਣਗੇ ਤੈਨੂੰ ਕਾਗਜ਼ ਆਉਣਗੇ ਨੋਟਿਸ ਆਉਣਗੇ ਤਿਆਰ ਰਹੀ ਕਚਹਿਰੀ ਚ ਮਿਲਦੇ ਆ ਤਲਾਕ ਦਊਗੀ ਤੈਨੂੰ ਇਹ ਚੱਲ ਭੈਣੇ ਚੱਲ ਗਈ ਦਿਖਾਵਾ ਤੈਨੂੰ ਆਪਣਾ ਨਵਾਂ ਘਰ ਆਪਣੇ ਪਿਆਰ ਦਾ ਜਿਹੜਾ ਕੰਡਾ ਸੀ ਨਾ ਉਹ ਤਾਂ ਹਮੇਸ਼ਾ ਲਈ ਨਿਕਲ ਹੀ ਗਿਆ ਗੈਵੀ ਨੂੰ ਉਹਦਾ ਭਰਾ ਪੱਕਾ ਹੀ ਪੇਕੇ ਲੈ ਗਿਆ ਹੁਣ ਆਪਾਂ ਪਿਆਰ ਦੇ ਨਾਲ ਹੱਸਦੇ ਖੇਡਦੇ ਜ਼ਿੰਦਗੀ ਕੱਟਾਂਗੇ ਤੁਸੀਂ ਜਾਨੂ ਕਿੰਨੇ ਚੰਗੇ ਹੋ ਲਵ ਯੂ ਟੂ ਡਾਰਲਿੰਗ ਕੱਲੇ ਪਿਆਰ ਨਾਲ ਹੀ ਢਿੱਡ ਭਰੀ ਜਾਵੇਗੀ ਕੋਈ ਹੋਰ ਨਹੀਂ ਬਣਾਵੇਗੀ ਚੱਲ ਤੈਨੂੰ ਕਿਚਨ ਦਿਖਾਵਾਂ ਚੱਲ ਲੈ ਆਇਆ ਤੇਰੀ ਕਿਚਨ ਚੰਗੀ ਤਰ੍ਹਾਂ ਨਾ ਇਹਦੇ ਹਰ ਚੀਜ਼ ਤੇ ਨਿਗਾਹ ਮਾਰ ਲਾ ਹੁਣ ਕੋਈ ਨਾ ਵਧੀਆ ਜੀ ਚੀਜ਼ ਖਾਣ ਨੂੰ ਬਣਾ ਹਾਈ ਹੀਟ ਕੁਕਿੰਗ ਮੈਨੂੰ ਨਹੀਂ ਖਾਣਾ ਖੁਣਾ ਬਣਾਉਣਾ ਆਉਂਦਾ ਆਪਾਂ ਤਿੰਨੋਂ ਟਾਈਮ ਆਨਲਾਈਨ ਖਾਣਾ ਆਰਡਰ ਕਰਦੇ ਆ ਕਰਾਂਗੇ ਹੈਂ ਤਿੰਨੇ ਟਾਈਮ ਆਨਲਾਈਨ ਖਾਣਾ ਆਰਡਰ ਕਰਨਾ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਮੈਂ ਮਾਪਿਆਂ ਦੀ ਬਹੁਤ ਲਾਡਲੀ ਧੀ ਆ ਖਾਣਾ ਬਣਾਉਣਾ ਕੱਪੜੇ ਧੋਣੇ ਮੈਨੂੰ ਨਹੀਂ ਆਉਂਦੇ ਇਹਦਾ ਮਤਲਬ ਇਹਨੂੰ ਤਾਂ ਕਰਦਾ ਕੋਈ ਕੰਮ ਵੀ ਨਹੀਂ ਕਰਨਾ ਆਉਂਦਾ ਥੈਂਕ ਯੂ
ਇਹ ਤਾਂ ਲੱਤ ਟੁੱਟ ਗਈ, ਪੈ ਗਿਆ ਮੰਜੇ ਦਾ, ਮੈਂ ਤਾਂ ਚੱਲੀ ਆਪਣੇ ਦਾ। ਡਾਕਟਰ ਸਾਹਿਬ ਕਿੰਨੇ ਕੁ ਦਿਨਾਂ 'ਚ ਠੀਕ ਹੋ ਜੂਗਾ ਮੈਂ? ਦੇਖੋ ਪੈਰ ਦੇ ਵਿੱਚ ਤੁਹਾਡੇ ਫ੍ਰੈਕਚਰ ਆਇਆ, 1 ਮਹੀਨੇ ਦੀ ਤੁਹਾਨੂੰ ਕੰਪਲੀਟ ਬੈੱਡ ਰੈਸਟ ਚਾਹੀਦੀ। 1 ਮਹੀਨੇ ਦੀ ਬੈੱਡ ਰੈਸਟ? ਘਬਰਾਓ ਨਾ ਬਿਰਦੀ ਸਾਹਿਬ, ਤੁਹਾਡੇ ਮਿਸ ਜੀ ਕਿੱਥੇ ਨੇ, ਉਹਨਾਂ ਨੂੰ ਮੈਂ ਸਾਰਾ ਮੈਡੀਸਨ ਬਾਰੇ ਸਮਝਾ ਦਿੰਦਾ ਵਾਂ। ਦੀਦੀ ਮੈਂ ਤੁਹਾਡੇ ਹਾਲਾਤ ਚੰਗੀ ਤਰ੍ਹਾਂ ਸਮਝਦੀ ਹਾਂ, ਪਰ ਮਨ ਨੂੰ ਤਾਂ ਸਮਝਾਉਣਾ ਪੈਣਾ ਨਾ, ਐਵੇਂ ਤਾਂ ਤੁਸੀਂ ਬਿਮਾਰ ਹੋ ਜਾਓਗੇ। ਬਿਮਾਰ ਇਹ ਕਿਉਂ ਹੋਊਗੀ, ਬਿਮਾਰ ਤਾਂ ਜਿਹਨੇ ਹੋਣਾ ਸੀ ਉਹ ਹੋ ਗਿਆ। ਕੌਣ ਬਿਮਾਰ ਹੋ ਗਿਆ, ਕਿਹਦੀ ਗੱਲ ਕਰ ਰਹੇ ਹੋ? ਜਿਹਨੇ ਮੇਰੀ ਭੈਣ ਦਾ ਦਿਲ ਦੁਖਾਇਆ ਸੀ। ਪ੍ਰਾਹੁਣਾ ਤੇਰਾ ਵਧੀਆ ਹੋਇਆ, ਰੱਬ ਨੇ ਸਜ਼ਾ ਦੇ ਹੀ ਦਿੱਤੀ ਉਹਨੂੰ। ਹੈ ਵੀਰੇ ਕੀ ਹੋਇਆ? ਉਹਨੂੰ ਉਹਦੇ ਕਰਮਾਂ ਦੀ ਸਜ਼ਾ ਦਿੱਤੀ ਹੈ ਰੱਬ ਨੇ, ਹੁਣ ਇਕੱਲਾ ਟੱਕਰਾਂ ਮਾਰਦਾ ਫਿਰਦਾ ਕੰਧਾਂ ਦੇ ਵਿੱਚ। ਭੈਣ ਨੂੰ ਉਹਦੇ ਨਾਲ ਕੀ ਹੋਇਆ ਉਸ ਘਰ ਦੇ ਵਿੱਚ, ਮੈਂ ਆਪਣੇ ਅੱਖੀ ਦੇਖਿਆ। ਮੈਂ ਤੁਹਾਡੀ ਸਾਰੀ ਗੱਲ ਮੰਨਦੀ ਹਾਂ ਕਿ ਦੀਦੀ ਨਾਲ ਕੀ ਗਲਤ ਹੋਇਆ ਤੇ ਕੀ ਉਹਨਾਂ ਨੇ ਕੀਤਾ ਤੁਸੀਂ ਸਾਰਾ ਕੁਝ ਦੇਖਿਆ, ਪਰ ਮੈਂ ਇੱਥੇ ਦੀਦੀ ਨੂੰ ਗੁੰਮਸੁੰਮ ਬੈਠੀ ਨੂੰ ਦੇਖਿਆ। ਉਹ ਇੱਥੇ ਹੋਣ ਦੇ ਬਾਵਜੂਦ ਵੀ ਉਹਨਾਂ ਦਾ ਧਿਆਨ ਉਸ ਘਰ ਦੇ ਵਿੱਚ ਸੀਗਾ, ਵੀਰ ਜੀ ਵੱਲ ਸੀਗਾ। ਮੈਂ ਇੱਕ ਭਰਜਾਈ ਹੋਣ ਤੋਂ ਪਹਿਲਾਂ ਨਾ ਇੱਕ ਔਰਤ ਆ, ਤੇ ਇੱਕ ਔਰਤ ਦੂਜੀ ਔਰਤ ਦਾ ਦੁੱਖ ਚੰਗੀ ਤਰ੍ਹਾਂ ਸਮਝਦੀ ਆ। ਔਰਤ ਲਈ ਆਪਣਾ ਘਰ ਛੱਡ ਕੇ ਨਾ ਪੇਕੇ ਘਰ ਬੈਠਣਾ ਬਹੁਤ ਔਖਾ ਹੁੰਦਾ, ਤੇ ਦੀਦੀ ਨੇ ਆਪਣੇ ਘਰ ਵਾਪਸ ਜਾ ਕੇ ਬਹੁਤ ਵਧੀਆ ਫੈਸਲਾ ਕੀਤਾ। Thank you.
ਨੂੰ ਮਿੰਟ ਆ ਅੱਜ। ਕਮਾਲ ਦੀ ਗੱਲ ਆ, ਜਿਹੜੀ ਰਿਕਵਰੀ ਨੂੰ 2 ਮਹੀਨੇ ਲੱਗਣੇ ਆ, 1 ਮਹੀਨੇ ਦੇ ਵਿੱਚ ਪੂਰਾ ਓਕੇ ਹੋ ਗਿਆ, ਫ੍ਰੈਕਚਰ ਮੈਚਿਓਰ ਹੋ ਗਿਆ ਪੂਰਾ ਤੁਹਾਡਾ। ਜਿਹੜੀ ਫਾਸਟ ਰਿਕਵਰੀ ਹੋਈ ਹੈ ਨਾ ਤੁਹਾਡੀ, ਇਹਦੇ ਵਿੱਚ ਇਹ ਹੈ ਵੀ ਸ਼ਿਫਾ ਤਾਂ ਅੱਲਾ ਪਾਕ ਨੇ ਦੇਣੀ ਆ, ਪਰ ਜਿਹੜੀ ਮਿਹਨਤ ਹੈ ਉਹ ਤੁਹਾਡੀ ਮਿਸਜ ਦੀ ਹੈ। ਤੁਸੀਂ ਕੱਲ੍ਹ ਤੋਂ ਇਹਨਾਂ ਨੂੰ ਥੋੜ੍ਹੀ ਥੋੜ੍ਹੀ ਸੈਰ ਕਰਾਉਣੀ ਸ਼ੁਰੂ ਕਰੋ। ਜੀ ਡਾਕਟਰ ਸਾਹਿਬ।